ਲਓ ਜੀ ਦਰਬਾਰ ਦੇ ਹੋ ਗਏ ਦਰਸ਼ਨ, ਹੁਣ ਮਾਤਾ ਜੀ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਆ ਗਏ ਵਾਪਸ। ਮਾਤਾ ਦੀ ਕਿਰਪਾ ਹੋ ਗਈ ਬਾਈ, ਆਪਣੀ ਗੱਡੀ ਵੀ ਐਨ ਨੇੜੇ ਆ ਗਈ, ਅੱਜ ਦਰਸ਼ਨ ਵੀ ਖੁੱਲ੍ਹੇ ਹੋ ਗਏ, ਬਹੁਤ ਵਧੀਆ ਦਰਸ਼ਨ ਹੋ ਗਏ। ਹੁਣ ਅਸੀਂ ਤੁਹਾਨੂੰ ਮਿਲਾਂਗੇ ਗੱਡੀ ਕੋਲ ਪਹੁੰਚ ਕੇ, ਤੁਹਾਨੂੰ ਵੀ ਦਰਸ਼ਨ ਕਰਾ ਦਿੱਤੇ ਸਾਰੀ ਜਗ੍ਹਾ 'ਤੇ। ਦੇਖੋ ਹੁਣ ਆਹ ਦੇਖੋ, ਐਵੇਂ ਜਾਂ ਛੋਟੀਆਂ ਛੋਟੀਆਂ ਦੁਕਾਨਾਂ 'ਚ ਬੈਠੇ ਨੇ, ਦੇਖੋ ਆਪਣਾ ਵਧੀਆ ਟਾਈਮ ਪਾਸ ਕਰ ਰਹੇ ਨੇ ਉਰੇ। ਦੇਖੋ ਕਿੱਥੇ ਪਹਾੜੀ ਦੀ ਟੀਸੀ 'ਤੇ ਮੇਰੀ ਬੇਲ ਪੂਰੀ ਖਾ ਕੇ ਦੇਖੋ, ਨੈਣਾ ਦੇਵੀ ਆਏ ਤੇ ਅਸੀਂ ਕਹਿੰਦਾ ਬਈ ਤੁਸੀਂ ਯਾਦ ਕਰੋਗੇ, ਅਸੀਂ ਕਿਹਾ ਚੱਲ ਯਾਰ ਖਲਾ ਦੇ ਫਿਰ ਬਣਾਇਆ। ਕੀ ਕੁਛ ਪਾਤਾ ਇਹਨੇ ਵਿੱਚ? ਨਿੰਬੂ ਪਾਇਆ ਜੀ, ਹਰੀ ਮਿਰਚ ਪਾਈ, ਟਮਾਟਰ ਪਾਏ, ਧਨੀਆ ਪਾਇਆ। ਹਾਂ ਹੋਰ ਜੀ, ਬਸ 8 ਤਰ੍ਹਾਂ ਦੀ ਦਾਲਾਂ ਪਾਈਆਂ ਜੀ। ਓਏ ਹਾਏ ਹਾਏ, 20 ਰੁਪਏ ਦੀ ਭਾਜੀ, ਤਸੱਲੀ ਕਰਾਤੀ ਬਾਈ। ਹਾਂਜੀ ਹਾਂਜੀ, ਮਿਰਚ ਕੱਟਣ ਦਾ ਸਵਾਲ ਤਰੀਕਾ ਦੇਖ ਲਾ ਤੂੰ ਇਹਨਾਂ ਦਾ, ਹੈ ਕਿਸੇ ਨੂੰ ਹੀ ਆਉਂਦਾ ਇਹ। ਆ ਲਓ ਜੀ ਧਨੀਆ ਪਾਤਾ। ਧਨੀਆ ਵੀ ਪਾਤਾ? ਹਾਂਜੀ ਹਾਂਜੀ, ਕੇਸਰ ਵੀ ਪਾਉਣਾ ਹੁੰਦਾ ਵਿੱਚ ਥੋੜਾ ਜਿਹਾ, ਕੇਸਰ ਕੇਸਰ ਨਹੀਂ ਪੈਂਦਾ ਜੀ। ਟਮਾਟਰ ਵੀ ਇਹ ਬਾਹਰਲੇ ਕਰਦਾ ਯੂਜ ਕਰਦਾ ਪਏ ਨੇ ਜਿਹੜੇ, ਇਹ ਕੀਨੀਆ ਤੋਂ ਆਏ ਹੋਏ ਨੇ, ਇਹ ਕੀਨੀਆ ਤੋਂ ਆਏ ਨੇ ਟਮਾਟਰ ਜੀ। ਬਬਲੂ ਕੀਨੀਆ ਤੋਂ ਆਏ ਨੇ ਟਮਾਟਰ, ਆ ਦੇਖ ਜੇ ਬਾਈ ਨਾ ਵਧੀਆ ਹੋਇਆ, ਵਧੀਆ ਨਾ ਲੱਗਿਆ, ਵਧੀਆ ਠੀਕ ਆ, ਉਹ ਕਹਿ ਦਾਂਗਾ ਇਹਨੂੰ ਆਪਾਂ ਵੀ ਵਧੀਆ ਨਹੀਂ ਹੈਗਾ, ਤਾਂ ਤਾਂ ਹੋ ਸਕਦਾ ਬਾਈ। ਅਸੀਂ ਮੱਥਾ ਲਿਆ ਟੇਕ, ਬੈਠਾ ਲੱਗਿਆ ਗੱਡੀ 'ਚ, ਤਾਂ ਹੁਣ ਵਾਪਸੀ ਆ ਸਾਡੀ। ਮਾਤਾ ਨੂੰ ਲਿਆ ਮੱਥਾ ਟੇਕ, ਹੁਣ ਚਲੋ ਮਿਲਦੇ ਹਾਂ ਹੁਣ ਅੱਗੇ ਜਾ ਕੇ ਤੁਹਾਨੂੰ। ਲੈ ਬਈ ਆਹ ਦੇਖੋ ਹੁਣ ਚੀਜ਼ ਦੇਖਣ ਵਾਲੀ ਆ, ਏ ਆਹ ਦੇਖੋ ਇੱਧਰ ਘੈਂਟ ਚੀਜ਼, ਉਹ ਕੀ ਝੀਲ ਜੀ ਦਿਖਦੀ ਆ ਬਾਈ, ਕੀ ਆ ਉਹ ਪਾਣੀ ਜਾ, ਇਹ ਡੈਮ ਹੈ, ਉਹ ਡੈਮ ਤਾਂ ਦੇਖੀ ਜੀ ਬਾਈ ਨੇੜੇ ਆ। ਅੱਛਾ ਉਹ ਡੈਮ ਹੈ, ਆਏ ਅੱਛਾ ਉਹ ਡੈਮ ਹੈ, ਆਹ ਡੈਮ ਹੈ ਬਾਈ, ਇਹ ਆਹ ਡੈਮ ਹੈ ਬਾਈ, ਇਹ ਸਾਰਾ ਡੈਮ ਦਾ ਇਹ ਡੈਮ ਆ ਬਾਈ ਉਰੇ, ਜਿਹੜਾ ਕਹਿੰਦੇ ਨੇ ਨੰਗਲ ਵਾਲਾ ਡੈਮ, ਭਾਖੜਾ ਡੈਮ ਇਹ ਹੈ, ਭਾਖੜੇ ਦਾ ਡੈਮ। ਅੱਛਾ ਉਰੇ ਹੈ ਪਾਣੀ, ਉਰੇ ਰੁਕਦਾ ਕੇ ਫਿਰ ਇਹ ਤੋਂ ਬਾਅਦ ਨਹਿਰਾਂ ਪਾੜਦੀਆਂ ਨੇ। ਅੱਛਾ ਉਹ ਦੇਖ ਕਿੱਡਾ, ਕਿੱਡਾ ਬੜਾ ਬਾਈ। ਅੱਛਾ ਇਹ ਇਹ ਬਰਫ਼ ਵਾਲਾ ਪਾਣੀ ਹੈ ਬਾਈ, ਹੈ ਨਾ ਇਹ ਬਰਫ਼ ਵਾਲਾ ਪਾਣੀ ਹੈ ਜਿਹੜਾ, ਇਹ ਸਾਰਾ ਪਹਾੜਾਂ ਤੋਂ ਉੱਤਰ ਕੇ ਆਉਂਦਾ ਬਾਈ ਪਾਣੀ। ਅੱਛਾ ਇਹ ਪਹਾੜਾਂ ਵਾਲਾ ਪਾਣੀ ਜਿਹੜਾ ਆਪਣੇ ਆਪਣੇ ਪਿੰਡ ਵਾਲੀ ਨਹਿਰਾਂ 'ਚ ਜਾਂਦਾ, ਦੇਖ ਲਾ ਬਾਈ ਕਮਾਲ ਕਰਤੀ। ਅੱਛਾ ਐਡੇ ਜਾ ਕੇ ਤਾਂ ਪਤਾ ਰਾਹ 'ਚ ਦੇਖ,
ਜੰਨਤ, ਇਹ ਆ ਅਸਲੀ ਜੰਨਤ, ਇਹ ਆ ਕੁਦਰਤ, ਇਹ ਤੋਂ ਬੜੀ ਕੋਈ ਚੀਜ਼ ਨਹੀਂ। ਇਹ ਸਭ ਤੋਂ ਬੜੀ ਚੀਜ਼ ਕੁਦਰਤ ਹੈ, ਕੁਦਰਤ ਦੇ ਵਿੱਚ ਸਭ ਕੁਛ ਹੈ, ਕੁਦਰਤ ਦੇ ਵਿੱਚ ਸਭ ਕੁਛ ਸਮਾਇਆ ਹੋਇਆ, ਸਾਰੀ ਧਰਤੀ ਸਭ ਕੁਛ ਕੁਦਰਤ ਦੇ ਵਿੱਚ ਸਮਾਇਆ ਹੋਇਆ, ਕੁਦਰਤ ਦੀ ਮੁੱਠੀ 'ਚ ਹੈ। ਇੱਕ ਮਿੰਟ 'ਚ ਕੁਦਰਤ ਮੁੱਠੀ ਖੋਲ੍ਹੇ ਸਭ ਕੁਛ ਬਿਖਰ ਜੂਗਾ, ਹੈ ਨਾ, ਸਭ ਕੁਛ ਬਿਖਰ ਜੂਗਾ ਇਹ ਕੁਦਰਤ 'ਚ। ਕੁਦਰਤ ਇੱਡੀ ਵੱਡੀ ਉਹ ਹੈ। ਅੱਛਾ ਆਹੀ ਆ ਗਿਆ ਰੋੜੋ, ਇਹ ਆ ਗਿਆ ਹੈ ਨਾ। ਅੱਛਾ ਇਹ ਆ ਗਿਆ, ਠੀਕ 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 ਹੈ, ਇਹ ਆ ਗਿਆ ਰੋਡ। ਇਹ ਆਪਾਂ ਉੱਪਰ ਨੂੰ ਚੜ੍ਹ ਰਹੇ ਹਾਂ ਕਿ ਥੱਲੇ ਉੱਤਰ ਰਹੇ ਹਾਂ? ਥੱਲੇ ਹੈ ਨਾ, ਦੇਲਾ ਪਹਾੜਾਂ ਚ ਆ ਹੈਗੀ ਆ HO AMB ਰੋਡ ਉਨਾ, ਉਨੇ ਦੀ ਗੱਡੀ ਆ ਪੈਟਰੋਲ ਪੰਪ ਬਾਈ ਪਹਾੜਾਂ ਦੇ। ਕਿਹੜਾ ਭਾਰਤੀ ਹੈ? ਇੰਡੀਅਨ ਆਇਲ ਆ। ਬਸ ਤੇਲ ਆਹੀ ਜ਼ਿੰਦਗੀ ਇਹਨਾਂ ਦੀ, ਤੇਲ ਆਪਾਂ ਕਹਿੰਦੇ ਹਾਂ ਵੀ ਆਪਾਂ ਸੋਚਦੇ ਹਾਂ ਵੀ ਪਹਾੜਾਂ 'ਤੇ ਇਹਨਾਂ ਦੀ ਜ਼ਿੰਦਗੀ ਕਿਵੇਂ ਰਹਿੰਦੇ ਹੋਣੇ, ਹੈ ਨਾ, ਪਰ ਇਹਨਾਂ ਦੇ ਉਹੋ ਜਿਹੇ ਬਾਈ ਖਰਚੇ ਨਹੀਂ ਹੈਗੇ, ਉਹਦੇ ਖਰਚੇ ਕੱਟਣੇ ਲੋਕਾਂ ਦੇ ਇਹਨਾਂ ਦੇ। ਹਾਂ ਦੇਖੋ AC ਇਹਨਾਂ ਨੇ ਨਹੀਂ ਲੈਣੇ, ਜਿੰਨੇ ਦਾ ਤੁਸੀਂ ਲਾੜੇ ਦੇ ਕੱਪੜੇ ਕੁਪੜੇ ਦੇ ਖਰਚਾ ਕਰ ਦਿੰਦੇ ਆ, ਇੰਨੇ 'ਚ ਵਿਆਹ ਕਰ ਦਿੰਦੇ ਨੇ, ਸਾਰੇ 'ਚ ਵਿਆਹ ਕਰ ਦਿੰਦੇ ਆ, ਮਤਲਬ ਰੋਟੀ ਪਾਣੀ ਇਹਨਾਂ ਦਾ ਵਧੀਆ, ਫਿਰ ਠੀਕ ਆ, ਇਹਨਾਂ ਦਾ ਖਰਚਾ ਵਧੀਆ, ਥੱਲੇ ਬੈਠ ਕੇ ਰੋਟੀ ਖਵਾਉਂਦੇ ਆ, ਪੱਤਲਾਂ ਤੇ ਰੋਟੀ ਖਵਾਉਂਦੇ ਆ, ਚੌਲ ਬਣਾਏ ਹੁੰਦੇ ਆ ਦੂਜੇ। ਮੈਂ ਤਾਂ ਜਾ ਕੇ ਆ ਵਧੀਆ, ਫਿਰ ਤਾਂ ਯਾਰ ਪੀਲੇ ਚੌਲ ਬਣਾਏ ਗਏ ਸੀ, ਹਲਦੀ ਪਾ ਕੇ, ਮਤਲਬ ਪਾ ਕੇ, ਉਹ ਕਹਿੰਦੇ ਵੀ ਇਹ ਬਰਾਤ ਵਾਸਤੇ ਆ ਬਸ। ਅੱਛਾ ਤੁਸੀਂ ਆ ਦੂਜੇ ਉਪਲੇ ਵੀ ਖਾਓ ਲੈ, ਇੱਕ ਸਟਾਲ ਸੀ ਬਸ ਗੋਲ ਗੱਪਿਆਂ ਦੀ, ਉਹ ਵੀ ਕਹਿੰਦੇ ਬਰਾਤ ਵਾਸਤੇ ਆ, ਗੋਲ ਗੱਪੇ ਰੱਖੇ ਹੋਏ ਸੀ ਉੱਤੇ 200 ਗੋਲ ਗੱਪਾ ਦੇ। ਅੱਛਾ ਦੇਖ ਲਾ ਬਾਈ, ਵਧੀਆ ਸਿੰਪਲ ਵਿਆਹ ਕਰਦੇ ਨੇ, ਜਮਾ ਹੀ ਵੀਰੇ ਜਮਾ ਹੀ, ਤੂੰ ਤਾਂ ਕਹੇਗਾ ਵੀ ਇਹ ਵਿਆਹ ਹੈ, ਆਪਣੇ ਤਾਂ ਬਈ ਬਹੁ ਖਰਚਾ ਕਰਦੇ ਆਪਾਂ ਲੋਕ, ਤਾਂ ਹੀ ਮਰਦੇ ਆ ਆਪਾਂ। ਹਾਂ ਆਪਣੇ ਲੋਕ ਤਾਂ ਵਿਆਹਾਂ 'ਤੇ ਜ਼ੋਰ ਲਾ ਦਿੰਦੇ ਨੇ, ਮੁੜ ਕੇ ਬੈਠੇ ਰਹਿੰਦੇ ਨੇ, ਵੀ ਆਏ ਹੋ ਇੰਨਾ ਖਰਚਾ ਹੋ ਗਿਆ, ਇੰਨਾ ਹੋ ਗਿਆ, ਯਾਨੀ ਕਿ ਯਾਰ ਇੰਨਾ ਇਹਨਾਂ ਨੇ ਵਿਚਾਰੇ ਨੇ ਉਨਾ ਕੇ ਕਰਨਾ ਜਿੰਨਾ ਕਿ ਇਹਨਾਂ ਦਾ ਵਿਚਾਰਿਆਂ ਦੀ ਪਹੁੰਚ ਹੈ। ਯਾਰ ਆਪਾਂ ਅੱਜ ਵਿਆਹ ਕਰਕੇ ਆਪਣਾ ਕੱਲ੍ਹ ਖਰਾਬ ਕਰ ਲੈਂਦੇ ਹਾਂ, ਆਪਣੇ ਲੋਕ ਤਾਂ ਕਰਜ਼ੇ ਚੱਕ ਚੱਕ ਵਿਆਹਾਂ 'ਤੇ ਲਾਉਂਦੇ ਨੇ, ਆਪਣਾ ਕੱਲ੍ਹ ਖਰਾਬ ਕਰ ਲੈਂਦੇ ਹਾਂ, ਇਹ ਉਹ ਨਹੀਂ ਕਰਦੇ ਹੈਗੇ। ਹਾਂ ਇਹ ਆਪਣੀ ਜ਼ਿੰਦਗੀ ਉੱਕਣੇ ਵਧੀਆ ਰੱਖਦੇ ਨੇ ਸਵਰਗ। ਇੱਥੇ ਕੁਛ ਬੀਜਦੇ ਹੋਣੇ ਆ ਜਿਹੜੀਆਂ ਪੌੜੀਆਂ ਜਾਂ ਚੜ੍ਹਾਈਆਂ ਵੀ ਨੇ, ਕਿਵੇਂ ਵਧੀਆ ਕਿਆਰੀਆਂ ਜਿਹੀਆਂ ਬਣਾਈਆਂ ਮੈਨੇ ਇਹਨਾਂ ਨੇ ਆਇਆ, ਹੈ ਨਾ ਭਾਈ, ਉਰੇ ਦੀਆਂ ਬਰਸਾਤਾਂ ਦੇਖਣ ਵਾਲੀਆਂ, ਪਹਾੜ ਦੀਆਂ, ਪਹਾੜ ਦੀ ਠੰਡ ਦੇਖਣ ਵਾਲੀ ਆ, ਚੀਜ਼ਾਂ ਸਾਰੀਆਂ ਘੈਂਟ ਨੇ। ਆ ਵੀ ਕੋਈ ਚੀਜ਼ ਬਣ ਰਹੀ ਆ ਵੀ, ਕੰਪਿਊਟਰ ਬਣ ਰਿਹਾ, ਉਹਨਾਂ ਲੋਕ ਮਕਾਨ ਬਣਾਈ ਜਾਂਦੇ ਆ। ਸਵੇਰੇ ਬ੍ਰੇਕਫਾਸਟ ਆ ਢਾਬੇ 'ਤੇ ਕਰਿਆ ਸੀਗਾ ਅਸੀਂ ਜਾਂਦੇ ਹੋਏ, ਹੁਣ ਰੋਡ ਤੋਂ ਇੱਧਰਲੇ ਪਾਸੇ ਆ ਗਏ, ਜਿਹੜਾ ਤੁਹਾਨੂੰ ਸਵੇਰੇ ਦਿਖਾਇਆ ਸੀਗਾ ਐਲਪਿਨ,
ਹੁਣ ਅਸੀਂ ਇੱਧਰ ਆ ਗਏ, ਹੁਣ ਇੱਥੇ ਦੇਖਦੇ ਕੌਫੀ ਕੂਫੀ ਪੀਂਦੇ ਹਾਂ ਜਾਂ ਫਿਰ ਆਹ ਬੱਸ ਕਿਤੋਂ ਆਈ ਹੋਈ ਦੂਰ ਤੋਂ। ਮਸਤੀ ਕਰ ਰਹੇ ਨੇ, ਮਸਤੀ ਪੂਰੀ। ਦੇਖੋ ਪੁਰਾਣੀ ਮਸ਼ੀਨ ਗਾਣੇ ਵਾਲੀ, ਅਜੀਬ ਬੱਚੇ ਆਉਂਦੇ ਨੇ ਘੁੰਮਣ। ਬੈਠੇ ਨੇ ਮਸਤੀ ਕਰ ਰਹੇ ਨੇ ਬੱਚੇ, ਛੁੱਟੀਆਂ ਨੇ ਹੁਣ। ਆਹ ਭੰਗੜੇ ਵਾਲੇ ਬਣਾਏ ਨੇ ਘੈਂ, ਆਹ ਬਣਾ ਰਹੇ ਨੇ ਐਵੇਂ ਹੋਰ ਭੰਗ ਵੀ ਕਰੀ ਜਾ ਰਹੇ ਤਾਂ। ਬਾਹਰੋਂ ਟੂਰ ਆਇਆ ਹੋਏ ਨੇ ਇੱਥੇ, ਰਸਤੇ 'ਚ ਰੋਟੀ ਖਾਣ ਨੂੰ ਰੁਕੇ ਹੋਏ। ਉਹ ਸਾਈਕਲ ਟੰਗਿਆ ਹੋਇਆ। ਹਾਂਜੀ ਪੈ ਗਏ, ਕੀ ਗੱਲ ਹੱਟ ਗਏ? ਪੁੱਛੇ ਇਹਨਾਂ ਨੂੰ ਕਿੱਥੇ, ਕੋਈ ਹੈ ਨਹੀਂ ਉਰੇ ਆਰਡਰ ਲੈਣ ਵਾਲਾ? ਬੜੀ ਅਸੀਂ ਇਹਨਾਂ ਨੂੰ ਕਿਹਾ ਵੀ ਇੱਕ ਚਾਹ ਲਿਆ ਦਿਓ, ਇੱਕ ਲੱਸੀ ਲਿਆ ਦਿਓ, ਇਹਨਾਂ ਤੋਂ ਬਜ਼ਾਰਾਂ ਤੋਂ ਮੈਨਾਂ ਦਾ ਬੱਸਾਂ ਆਈ ਆ ਇੱਕ, ਉਹੀ ਬੱਸ ਵਾਲੇ ਬਸ ਸਾਂਭੇ ਨਹੀਂ ਜਾਂਦੇ। ਨਾ ਇਹਨਾਂ ਤੋਂ ਲੱਸੀ ਮਿਲੀ ਆ, ਨਾ ਚਾਹ ਮਿਲੀ ਆ, ਸਾਨੂੰ ਕੁਛ ਨਹੀਂ ਮਿਲਿਆ। ਉਹ ਦੇਖਦੇ ਹਾਂ ਬਾਈ, ਆਪਾਂ ਨੂੰ ਤਾਂ ਕੁਝ ਮਿਲਿਆ ਹੀ ਨਹੀਂ। ਮੈਂ ਦੇਖ ਰਿਹਾ ਨਾਲ ਹੋਟਲ ਆ, ਇੱਕ ਆਹ ਹੋਟਲ ਆ, ਇਹਨਾਂ ਨੂੰ ਪੁੱਛਦੇ ਹਾਂ। ਮੈਨੂੰ ਤਾਂ ਲੱਗਦਾ ਇਹੀ ਹੈ ਇਹਨਾਂ ਦਾ, ਇਹਦਾ ਵਾਸ਼ਰੂਮ ਆ। ਅਜੇ ਉੱਧਰੇ ਚੱਲਦੇ ਹਾਂ, ਉਹ ਉੱਥੋਂ ਕੱਟ ਤੋਂ ਆਏ ਆ ਜਾ। ਲੈ ਵੀ ਉਰੇ ਸਾਨੂੰ ਨਾ ਚਾਹ ਮਿਲੀ ਆ, ਨਾ ਲੱਸੀ ਮਿਲੀ ਆ, ਐਂ ਟੱਪੇ ਨੇ ਆਇਆ। ਹੁਣ ਅਸੀਂ ਰੋਡ ਪਾਰ ਕਰਕੇ ਜਿੱਥੇ ਬ੍ਰੇਕਫਾਸਟ ਕਰਾਂ ਤਾਂ ਸਾਹਮਣੇ ਉੱਥੇ ਜਾ ਰਹੇ ਹਾਂ। ਕਮਾਲ ਏ ਕਰਤੀ ਯਾਰ, ਇਹਨਾਂ ਦੀ ਸਰਵਿਸ ਹੀ ਨਹੀਂ ਹੈਗੀ। ਉਹ ਹਵੇਲੀ ਵਾਲਾਂ ਦੇ ਤਾਂ ਇੱਕ ਇੱਕ ਟੇਬਲ 'ਤੇ ਚਾਰ ਚਾਰ ਬੰਦੇ ਫਿਰਦੇ ਹੁੰਦੇ ਨੇ, ਇਹ ਤਾਂ ਵਿਚਾਰੇ ਯਾਰ। ਹੈਂ ਚੱਲ ਫਿਰ ਕੋਈ ਨੀ, ਚੱਲ ਫਿਰ ਹੋਰ। ਲੈ ਵੀ ਹੁਣ ਅਸੀਂ ਨੇ ਫੈਸਲਾ ਕਰਿਆ ਵੀ ਅਸੀਂ ਹੁਣ ਹਵੇਲੀ 'ਚ ਜਾ ਕੇ ਪੀਵਾਂਗੇ।
ਆਏ ਬਈ ਇਹਨਾਂ ਦੇ ਤਾਂ ਵਿਚਾਰਿਆਂ ਦੇ ਬੱਸ ਦੀ ਗੱਲ ਨਹੀਂ, ਕਾਹ ਬੱਸ ਖੜੀ ਆ, ਇਹ ਬੱਸ ਦੇ ਉਰੇ ਆਏ ਹੋਏ ਨੇ ਜਿਹੜੇ ਨੇ ਇਹਨਾਂ ਦੇ ਗਾਹਕ, ਇਹਨਾਂ ਤੋਂ ਵਿਚਾਰਿਆਂ ਤੋਂ ਉਹੀ ਨਹੀਂ ਸਾਂਭੇ ਗਏ। ਮੈਂ ਇਹਨਾਂ ਤੋਂ ਤਾਂ ਬੱਸ ਵਾਲਿਆਂ ਨੇ ਹੀ ਉਲਝਾ ਲਏ ਤਾਂ ਵਿਚਾਰੇ, ਇੱਕ ਬੱਸ ਵੀ ਉਲਝਾ ਲਏ।